ਕਿ ਰੱਸੀ ਦੇ ਨਾਲ ਹੀ ਖਿੱਚੀ ਜਾਂਦੀ ਲੱਗਦੀ। ਪੈਟਰੋਲ ਪੰਪ ਦੀ ਕਿਸ਼ਤੀਆਂ, ਅੱਛਾ ਕਿਸ਼ਤੀਆਂ ਵਾਸਤੇ ਇਹ ਚੋਂ ਚੰਗੀਆਂ ਲੰਮੀਆਂ ਪਾਈਪਾਂ ਵਾ ਕਿਸ਼ਤੀ ਦੇ ਵਿੱਚ ਜੇ ਭਰਨਾ ਕਿਸੇ ਨੇ। ਰੁਪਿਆ ਜੀ ਬੇੜਾ, ਆਹ ਵੇਖੋ ਬੇੜੇ ਦੇ ਉੱਤੇ ਆਪਣੀਆਂ ਕਾਰਾਂ, ਗੌਰ ਨਾਲ ਵੇਖੋ ਜਿਹਦੇ ਉੱਤੇ ਬਤਕ ਬੈਠੀ ਉਹ ਟਾਪੂ ਜਿਹਾ ਘੁੰਮ ਰਿਹਾ ਉੱਥੇ, ਇੱਕ ਆਵਾਜ਼ ਸੁਣ ਕੇ ਕਿੱਦਾਂ ਬਤਕਾਂ ਇਕੱਠੀਆਂ ਹੋ ਜਾਂਦੀਆਂ। ਸਵੀਡਨ ਦੀ ਧਰਤੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਪਹੁੰਚੇ ਸੀ ਇੱਥੇ ਦੁਪਹਿਰੇ, ਸ਼ਾਮੀ ਕਥਾ ਸੀ, ਅੱਜ ਦੀ ਦੁਪਹਿਰ ਚੜ੍ਹ ਗਈ ਹੈ, ਮੌਸਮ ਬੱਦਲਵਾਈ ਵਾਲਾ ਮੀਂਹ ਹੈ, ਪਰ ਹੁਣ ਆਪਾਂ ਸਵੀਡਨ ਘੁੰਮਣ ਚੱਲੇ ਥੋੜ੍ਹਾ ਬਹੁਤਾ, ਇੱਥੇ ਦੀ ਵੀ ਅਲੱਗ ਸੁੰਦਰਤਾ ਇਸ ਦੇਸ਼ ਦੀ, ਪਹਿਲੀ ਵਾਰੀ ਆਏ ਹਾਂ, ਆਓ ਤੁਹਾਡੇ ਨਾਲ ਸਾਂਝਾ ਪਾਉਂਦੇ ਹਾਂ। ਆਪਣੇ ਨਾਲ ਹਨ ਵੀਰ ਭਾਈ ਭਗਵੰਤ ਸਿੰਘ ਜੀ, ਇਹ ਰੋਮ ਤੋਂ ਹਨ, ਪਿਛਲੇ ਸਾਲ ਵੀ ਤੁਸੀਂ ਵੀਡੀਓ 'ਚ ਮਿਲੇ ਹੋਵੋਗੇ, ਐਤਕੀ ਅਸੀਂ ਯਾਤਰਾ 'ਤੇ ਜ਼ਿਆਦਾ ਇਕੱਠੀ ਕਰਨੀ ਸੀਗੀ, ਪਰ ਸਵਿਟਜ਼ਰਲੈਂਡ ਇਹਨਾਂ ਨੂੰ ਮਿਸ ਕਰਨਾ ਪਿਆ, ਹੁਣ ਫਰਲੋ ਮਾਰ ਗਏ ਹੈ ਅਤੇ ਹੁਣ ਆ ਗਏ ਆ। ਆਪਾਂ ਇਕੱਠੇ ਆਏ ਸੀ ਇਟਲੀ ਤੋਂ, ਕੱਲ੍ਹ ਦੋ ਦਿਨ ਆਪਾਂ ਅਜੇ ਹੋਰ ਸਵੀਡਨ ਆ, ਅਤੇ ਫਿਰ ਆਪਾਂ ਇੱਥੋਂ ਵਾਪਸ ਇਟਲੀ ਰੋਮ ਵੱਲ ਜਾਣਾ ਹੈ। ਚਲੋ ਆਓ ਤੁਹਾਨੂੰ ਹੁਣ ਸਵੀਡਨ ਦਿਖਾਈਏ ਜੀ। ਜਿਸ ਘਰ 'ਚ ਆਪਾਂ ਰੁਕੇ ਹੋਏ ਹਾਂ ਵੇਖੋ ਇੱਥੇ ਦਾ ਲੈਂਡਸਕੇਪ ਕਿੰਨਾ ਸੋਹਣਾ ਹੈ, ਅਤੇ ਉਹ ਸਾਹਮਣੇ ਦਰਖਤ ਵੀ ਦਿਖਾਉਂਦੇ ਹਾਂ, ਦੱਸਦੇ ਇੱਥੇ ਹਿਰਨ ਤੱਕ ਵੀ ਆ ਜਾਂਦੇ ਆ, ਸੈਰ ਕਰਦੇ ਕਰਦੇ ਘਰੇ ਹੀ ਹਿਰਨ ਆ ਜਾਂਦੇ, ਇਹਨਾਂ ਦੇ ਹੋਰ ਵੀ ਜਾਨਵਰ ਆ ਜਾਂਦੇ ਆ। ਇਹ ਇੱਥੋਂ ਦੇ ਘਰ ਆ, ਘਰਾਂ ਦੇ ਪਿੱਛੇ ਬਸ ਜੰਗਲ ਹੀ ਜੰਗਲ ਹੈ, ਦਰਖਤ ਹੀ ਹੈ, ਅਤੇ ਬੜੀ ਸੋਹਣੀ ਸ਼ਾਂਤ ਜਿਹੀ ਗਲੀ ਹੈ। ਆਪਣੀ ਰਾਈਡ ਆ ਗਈ ਹੈ ਅਤੇ ਆਪਾਂ ਬੈਠੀਏ ਅਤੇ ਚੱਲੀਏ। ਆਪਾਂ ਨਾ ਇੱਕ ਲੇਕ 'ਤੇ ਪਹੁੰਚ ਗਏ ਹਾਂ, ਆਪਣੇ ਭਾਅ ਜੀ ਅਮਰਜੀਤ ਸਿੰਘ ਹੁਣੀ ਨਾ ਇਹਨਾਂ ਬੱਤਕਾਂ ਨੂੰ ਖਾਣਾ ਪਾਉਣ ਆਉਂਦੇ ਆ, ਗੱਡੀ ਇੱਥੇ ਖਿਲਾਰੀ ਹੈ ਅਤੇ ਆਵਾਜ਼ ਮਾਰੀ ਇੱਕ ਭਾਅ ਜੀ ਨੇ ਅਤੇ ਸਾਰੀਆਂ ਹੀ ਭੱਜੀਆਂ ਆਈਆਂ। ਭਾਅ ਜੀ ਲਿਆਓ ਫਿਰ, ਹੁਣ ਇਹ ਲੰਚ ਵੇਟ ਕਰ ਰਹੀਆਂ ਜੀ ਆਪਣਾ, ਕਿਆ ਬਾਤ ਹੈ, ਆ ਜਾਓ ਸਾਰੀਆਂ ਇਕੱਠੀਆਂ ਹੋ ਗਏ। ਉਹ ਵੇਖ ਉਹ ਪਾਣੀ ਦੇ ਉੱਤੋਂ ਵੀ ਭੱਜੀਆਂ ਆਉਂਦੀਆਂ ਛੇ ਛੇਤੀ, ਉਹ ਲੇਕ ਅਜੇ ਦੂਰ ਹੈ। ਇਹਨਾਂ ਦੀ ਬੋਲੀ ਜਿਹੜੀ ਬੋਲ ਰਹੀਆਂ ਦਰਜੀਆਂ ਨੂੰ ਕਹਿੰਦੀਆਂ ਆ ਜਾਓ ਭਾਈ ਮੌਕਾ ਮਿਲ ਗਿਆ ਜੇ। ਵਾਹ ਜੀ ਵਾਹ, ਲਓ ਜੀ ਵਾਹ ਜੀ ਵਾਹ, ਇਹ ਤਾਂ ਹੁਣ ਕੁੱਕੜ ਖੇਡ ਆਉਣ ਲੱਗ ਪਈਆਂ ਭਾਅ ਜੀ। ਤੁਸੀਂ ਰੋਜ਼ ਆਉਂਦੇ ਪਾਉਣ? ਤਕਰੀਬਨ ਤਕਰੀਬਨ ਰੋਜ਼ ਆਉਂਦੇ। ਤੇ ਕਿੰਨੇ ਦਾ ਹੁੰਦਾ ਪੈਕਟ? ਇੱਕ 15 ਕਰੋਨ ਦਾ, ਤੇ 60 ਕਰੋਨ ਰੋਜ਼ ਖਰਚਦੇ ਜੇ। ਵਾਹ ਜੀ ਵਾਹ, ਲਓ ਜੀ ਗੁਰੂ ਕਾ ਲੰਗਰ। ਕਹਿੰਦੇ ਇਕੱਲਾ ਬੰਦਿਆਂ ਵਾਸਤੇ ਹੀ ਨਹੀਂ ਆ, ਇਹਨਾਂ ਜੀਵਾਂ ਵਾਸਤੇ ਵੀ ਵੀਰ ਵੇਖੋ, ਕਹਿੰਦੇ ਅਸੀਂ ਰੋਜ਼ ਆਉਂਦੇ ਹਾਂ। ਭਾਅ ਜੀ ਤੁਸੀਂ ਲੱਗ ਗਏ ਆਓ, ਤੁਹਾਨੂੰ ਤਾਂ ਪਿਆਰ ਹੀ ਬੜਾ ਕਰਦੀਆਂ ਹੋਣੀਆਂ। ਫਿਰ ਇਹ ਭਾਅ ਜੀ ਦੀ ਗੱਲ ਕਰ ਰਹੇ ਜੀ ਅਮਰਜੀਤ ਸਿੰਘ ਹੋਣਾਂ ਦੀ। ਹਾਂ ਜਦੋਂ ਮੈਂ ਤਾਂ ਹੈਰਾਨ ਰਹਿ ਗਿਆ, ਹੁਣ ਜੇ ਕੱਲ੍ਹ ਨੂੰ ਤੁਸੀਂ ਆਏ ਨਾ ਤਾਂ ਮੈਨੂੰ ਲੈ ਕੇ ਆਉਣਾ, ਮੈਂ ਫਿਰ ਹੈਰਾਨ ਰਹਿ ਗਿਆ ਜਦੋਂ ਆਉਂਦਿਆਂ ਆਵਾਜ਼ ਮਾਰੀ ਅਤੇ ਉਸੇ ਵੇਲੇ ਹੀ ਉਹ ਬੋਲੀਆਂ ਉੱਦਾਂ ਦੀਆਂ ਉੱਦਾਂ ਹੀ, ਇੱਕ ਭਾਅ ਜੀ ਦੀ ਇੱਕੋ ਆਵਾਜ਼ ਦੇ ਉੱਤੇ ਭੱਜ ਪਈਆਂ ਸਾਰੀਆਂ। ਵਾਹ, ਇਹ ਨਜ਼ਾਰਾ ਨਹੀਂ ਮੈਂ ਪਹਿਲਾਂ ਕਦੇ ਵੇਖਿਆ। ਇਹ ਸਾਡੇ ਵੀਰ ਆ ਸਿਮਰਦੀਪ ਸਿੰਘ, ਜਿਨ੍ਹਾਂ ਨੇ ਆਪਾਂ ਨੂੰ ਸਵੀਡਨ ਸੱਦਿਆ। ਇਹਨਾਂ ਦੇ ਘਰੋਂ ਭੈਣ ਜੀ ਆ ਹਰਪ੍ਰੀਤ ਕੌਰ ਹੋਣੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਆ ਜਾਓ ਚੱਲੀਏ ਵਾਹਿਗੁਰੂ ਜੀ, ਥੋੜ੍ਹਾ ਲੇਕ ਘੁੰਮ ਫਿਰ ਆਈਏ। ਸੋ ਥੋੜ੍ਹਾ ਆਪਾਂ ਲੇਕ ਦੀ ਨਾਲੇ ਸੈਰ ਕਰਦੇ ਹਾਂ, ਅਤੇ ਮੈਨੂੰ ਬਲ ਅੱਜ ਇਸ ਚੀਜ਼ ਨੇ ਬਹੁਤ ਹੈਰਾਨ ਵੀ ਕੀਤਾ ਵੀ ਭਾਅ ਜੀ ਦੀ ਇੱਕ ਆਵਾਜ਼ ਸੁਣ ਕੇ ਕਿੱਦਾਂ ਉਹ ਬੱਤਕਾਂ ਇਕੱਠੀਆਂ ਹੋ ਜਾਂਦੀਆਂ, ਉਹ ਪੰਛੀ ਜਿਹੜੇ ਆ ਜਾਨਵਰ ਕਿੱਦਾਂ ਪ੍ਰੇਮ ਕਰਦੇ ਆ।
ਚਲੋ ਮਹਾਰਾਜ ਕਿਰਪਾ ਕਰੇ। ਇੱਥੇ ਭਾਅ ਜੀ ਦੱਸਦੇ ਬਹੁਤ ਕਮਲ ਦੇ ਫੁੱਲ ਹੁੰਦੇ ਆ, ਇਸ ਵੇਲੇ ਤਾਂ ਨਹੀਂ ਇੰਨੇ ਦਿਖਾਈ ਦੇ ਰਹੇ, ਉਹ ਇੱਕ ਦੋ ਹੈਗੇ ਛੋਟੇ ਛੋਟੇ। ਵੈਸੇ ਆ ਜਿਹੜਾ ਪੱਤੇ ਸਾਰੇ ਜਿਹੜੇ ਚੌੜੇ ਚੌੜੇ ਸਾਰੇ ਕਮਲ ਦੇ ਫੁੱਲਾਂ ਦੇ ਆ, ਅਤੇ ਇੱਧਰ ਵੀ ਜੇ ਦੇਖੀਏ ਤਾਂ ਬਹੁਤ ਪੱਤੇ ਆ। ਆਹ ਵੀ ਕੁਦਰਤ ਦਾ ਨਜ਼ਾਰਾ, ਬੜਾ ਸ਼ਾਂਤ ਜੀ, ਇੱਥੇ ਕੋਈ ਬੰਦਾ ਨਹੀਂ ਹੈਗਾ, ਅਸੀਂ ਆਏ ਹਾਂ ਕਹਿ ਲਓ। ਕਮਲ ਦਾ ਫੁੱਲ ਤੁਹਾਨੂੰ ਦਿਖਾਈਏ ਲਾਗੇ ਕਰਕੇ, ਆਹ ਕਮਲ ਦੇ ਫੁੱਲ ਆ ਜੀ। ਸਵੇਰ ਦਾ ਮੀਂਹ ਪੈਂਦਾ ਸੀ, ਆਪਣੀ ਕਿਸਮਤ ਨੂੰ ਥੋੜ੍ਹੀ ਧੁੱਪ ਨਿਕਲ ਆਈ ਹੈ, ਅਤੇ ਆਪਾਂ ਵੇਖਣ ਆ ਗਏ ਉਹ ਘਰ। ਵੇਖੋ ਕਿੰਨਾ ਵਧੀਆ ਥਾਂ ਦੇ ਉੱਤੇ ਆ, ਅਤੇ ਬੱਤਕਾਂ ਸਾਰੀ ਝੀਲ। ਆਪਾਂ ਹੁਣੇ ਇੱਥੇ ਉੱਡਣ ਖਟੋਲਾ ਉਡਾਉਂਦੇ ਹਾਂ, ਅਤੇ ਉਹਦੇ ਨਾਲ ਤੁਹਾਨੂੰ ਇੱਥੋਂ ਦਾ ਕੁਦਰਤੀ ਦ੍ਰਿਸ਼ ਸਾਰਾ ਦਿਖਾਉਂਦੇ ਹਾਂ, ਤੁਸੀਂ ਉਹ ਇੰਜੋਏ ਕਰੋ ਹੁਣ ਥੋੜ੍ਹਾ ਚਿਰ। ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦੇ ਹਾਂ, ਆਹ ਜਿਹੜੇ ਘਾਹ ਦੇ ਟਾਪੂ ਜਿਹੇ ਬਣੇ ਆ ਨਾ, ਇਹ ਤੁਰੇ ਫਿਰਦੇ ਹਵਾ ਦੇ ਵਿੱਚ। ਅਸੀਂ ਅੱਗੇ ਦੂਰੋਂ ਵੇਖਿਆ ਸੀ ਤਾਂ ਥੋੜ੍ਹੇ ਥੋੜ੍ਹੇ ਤੁਰੇ ਫਿਰਦੇ ਆ, ਕੋਈ ਡੂੰਘੀ ਇਹਦਾ ਮਤਲਬ ਜੜ ਨਹੀਂ ਇਹਦੀ ਲੱਗੀ ਹੁੰਦੀ, ਪਾਣੀ ਦੇ ਵਿੱਚੋਂ ਹੀ ਆਪਣੇ ਤੱਤ ਲੈਂਦੇ ਹੋਣੇ ਆ, ਅਤੇ ਹਵਾ ਦੇ ਨਾਲ ਇਹ ਇੱਧਰ ਉੱਧਰ ਵੀ ਚਲੇ ਜਾਂਦੇ। ਆਹ ਰੱਜ ਪੁੱਜ ਕੇ ਆ ਗਈਆਂ ਜੇ ਬੱਤਕਾਂ ਆਪਣੀਆਂ ਉੱਧਰੋਂ ਖਾਣਾ ਖਾ ਕੇ, ਹੁਣ ਉੱਥੇ ਕੋਈ ਨਹੀਂ ਆ, ਬਾਕੀ ਦਾਣੇ ਪਏ ਰਹਿ ਗਏ ਆ। ਗੌਰ ਨਾਲ ਵੇਖੋ ਜਿਹਦੇ ਉੱਤੇ ਬੱਤਕ ਬੈਠੀ, ਉਹ ਟਾਪੂ ਜਿਹਾ ਘੁੰਮ ਰਿਹਾ ਉੱਥੇ, ਉਹ ਵੇਖੋ ਰੋਟੇਟ ਹੋ ਰਿਹਾ, ਜਦੋਂ ਹੀ ਛਾਲ ਮਾਰਦੀਆਂ ਬੱਤਕਾਂ ਉਹਦੇ ਨਾਲ ਘੁੰਮਣ ਲੱਗ ਪੈਂਦਾ। ਹੋਰ ਅੱਜ ਜਿਵੇਂ ਆਪਣੇ ਨਿਆਣੇ ਨੀ ਰੱਜ ਪੁੱਜ ਜਾਂਦੇ, ਆਖੇ ਨਹੀਂ ਲੱਗਦੇ ਹੁੰਦੇ, ਹੁਣ ਆਹ ਵੀ ਵੜ ਗਈਆਂ ਪਾਣੀ 'ਚ। ਭਾਅ ਜੀ ਹੁਣ ਆਵਾਜ਼ ਮਾਰੋ ਭਲਾ, ਤੁਹਾਡੇ ਆਖੇ ਲੱਗਦੀਆਂ ਏ, ਹੁਣ ਖਾਣਾ ਖਾ ਲਿਆ। ਭਾਅ ਜੀ ਕਹਿੰਦੇ ਨਾ ਖਾਣਾ ਖਾ ਲਿਆ, ਹੁਣ ਨਹੀਂ ਆਖੇ ਲੱਗਣਾ। ਮੇਰਾ ਅੰਦਾਜ਼ਾ ਸਹੀ ਸੀਗਾ ਕਿ ਜਿਵੇਂ ਨਿਆਣੇ ਰੱਜੇ, ਹੁਣ ਫਿਰ ਨਹੀਂ ਮਾਂ ਨੂੰ ਪਛਾਣਦੇ ਹੁੰਦੇ। ਹਾਂ ਆ ਰਹਿ ਗਿਆ ਜੀ, ਹੁਣ ਇਹਨਾਂ ਦਾ ਡਿਨਰ ਪਿਆ ਹੈ, ਆਪਾਂ ਚੱਲੇ ਹਾਂ, ਜਦੋਂ ਇਹਨਾਂ ਦਾ ਦਿਲ ਕਰੂਗਾ ਆ ਕੇ ਆਪਣਾ ਡਿਨਰ ਖਾ ਲੈਣਗੀਆਂ। ਹੈ ਕਾਹਦੇ ਦਾਣੇ ਸੀ ਭਾਅ ਜੀ? ਇਹ ਕੌਰਨਫਲ। ਅੱਛਾ ਓਟਸ ਆ, ਠੀਕ ਹੈ ਜੀ, ਹੈਲਦੀ ਰਹਿੰਦੀਆਂ। ਚਲੋ ਜੀ ਇੱਕ ਗੱਲ ਹੋਰ ਦੱਸ ਦਈਏ, ਵੀ ਇੱਥੇ ਨਾ ਜਿਵੇਂ ਬੱਤਕਾਂ ਨੂੰ ਫੀਡ ਪਾਉਣੀ, ਦਾਣੇ ਪਾਉਣੇ ਜਿਹੜੇ ਉਹ ਅਲਾਊਡ ਆ, ਇਸ ਕਰਕੇ ਪਾਈ ਦੇ। ਆਮ ਤੌਰ 'ਤੇ ਆਪਾਂ ਕਿਤੇ ਵੀ ਜਾਈਏ ਤਾਂ ਉੱਥੇ ਲਿਖਿਆ ਹੁੰਦਾ ਕਿ ਜਿਹੜੇ ਪੰਛੀ ਆ, ਜਿਹੜੇ ਇਹ ਪਾਣੀ 'ਚ ਰਹਿਣ ਵਾਲੇ ਜੀਵ ਆ, ਇਹਨਾਂ ਨੂੰ ਦਾਣੇ ਨਾ ਪਾਓ, ਨਹੀਂ ਤਾਂ ਬਿਮਾਰ ਹੋ ਜਾਂਦੇ ਆ। ਸੋ ਅਸੀਂ ਮੇਕ ਸ਼ੋਰ ਕੀਤਾ, ਵੀਰ ਨੂੰ ਪੁੱਛਿਆ, ਕਹਿੰਦੇ ਪਾਉਣੇ ਅਲਾਊਡ ਆ, ਤਾਂ ਹੀ ਪਾ ਕੇ ਆਏ ਸੀਗੇ। ਯੂਰਪ ਦਾ ਹਾਲ ਵੇਖ ਲਓ, ਜਿੱਥੇ ਮਰਜ਼ੀ ਚੱਲ ਜਾਓ, ਵਾਸ਼ਰੂਮ ਯੂਜ਼ ਕਰਨ ਲਈ ਪੈਸੇ ਪੇ ਕਰਨੇ ਪੈਂਦੇ ਆ। ਉਹ ਭਾਅ ਜੀ ਨੇ ਹੁਣ ਕਾਰਡ ਚਲਾਇਆ, ਅਤੇ 5 ਕਰੋਨ ਜਿਹੜੇ ਇੱਥੋਂ ਦੀ ਕਰੰਸੀ ਉਹ ਇੰਨੇ, ਉਹ ਵੇਖੋ ਕਾਰਡ ਚੱਲਿਆ, ਅਤੇ ਫਿਰ ਬੂਹਾ ਖੁੱਲ੍ਹਣਾ। ਲਓ ਜੀ ਹੋ ਗਿਆ ਅਨਲੋਕ। ਘੁੰਮਦੀਆਂ ਘੁੰਮਾਉਂਦੀਆਂ ਗੱਡੀਆਂ ਆ ਗਈਆਂ ਇੱਥੇ ਜੀ, ਅੱਧਾ ਕੁ ਕਿਲੋ, ਅੱਧਾ ਕੁ ਘੰਟਾ ਦੂਰ।
ਫੌਜਾਂ ਆਪਣੀਆਂ। ਅਤੇ ਹੈ ਅਸਲ 'ਚ ਕੀ ਆ ਕਿ ਆਹ ਦੇਖੋ ਇੱਕ ਬੇੜਾ ਜਿਹਾ ਖੁੱਲ੍ਹਾ ਜਿਹਾ, ਇਹਨਾਂ ਦੇ ਵਿੱਚ ਅਸੀਂ ਆਪਣੀ ਗੱਡੀ ਲੱਦਣੀ ਆ ਅਤੇ ਉਹ ਸਾਹਮਣੇ ਆਈਲੈਂਡ ਦੇਖਦਾ ਉਹਦੇ ਉੱਤੇ ਜਾਣਾ ਘੁੰਮਣ ਦਾ। ਸੋ ਅਜੇ 10 ਮਿੰਟ ਹੈਗੇ ਆ, ਫਿਰ ਗੱਡੀ ਸਾਡੀ ਇੱਥੇ ਜਾਣੀ ਆ, ਉਹਨਾਂ ਚਿਰ ਆਪਾਂ ਵੇਟ ਕਰਦੇ ਹਾਂ, ਉਹਨਾਂ ਚਿਰ ਆਪਾਂ ਨਜ਼ਾਰਾ ਦੇਖ ਕੇ ਆਉਂਦੇ। ਬੇੜੇ ਦੇ ਉੱਤੇ ਆਪਣੀਆਂ ਕਾਰਾਂ, ਆਪਾਂ ਪਹੁੰਚ ਵੀ ਚੱਲੇ ਭਾਜੀ, ਥੋੜਾ ਹੀ ਰਹਿ ਗਿਆ। ਉਹ ਉੱਪਰ ਬੰਦੇ ਉੱਥੋਂ ਚਲਾ ਰਹੇ ਆ, ਆਹ ਨੀਵਾ ਕਰ ਦਿੱਤਾ ਬੂਹਾ ਜਿਹੜਾ ਉੱਪਰ ਚੁੱਕਿਆ ਹੋਇਆ ਸੀਗਾ, ਇਹ ਹੁਣ ਅੱਗੇ ਜਾ ਕੇ ਉਹ ਉੱਥੇ ਵੱਜੇਗਾ ਭਾਜੀ, ਜੋ ਵੱਜਣਾ ਉਦੋਂ ਝਟਕਾ ਵੀ ਪੈਣਾ ਹੈ। ਮਿੰਟਾਂ ਦੋਵਾਂ ਦੀ ਖੇਡ ਆ ਸਾਰੀ, ਆਹ ਵੇਖੋ ਜਾ ਕੇ ਲੱਗ ਵੀ ਚੱਲਾ ਜੀ, 2 ਮਿੰਟ ਹੀ ਲੱਗੇ ਇੱਧਰ ਆਉਣ ਨੂੰ, ਹਰ ਅੱਧੇ ਘੰਟੇ ਬਾਅਦ ਇਹ ਸ਼ਿਪ ਇੱਧਰੋਂ ਜਾਂਦਾ ਹੈ, ਕਿਉਂਕਿ ਟਾਪੂ ਬਹੁਤ ਵੱਡਾ ਹੈ, ਸੋ ਲੋਕ ਜਿਹੜੇ ਹੁੰਦੇ ਫਰੀ ਹੈ ਸਰਵਿਸ ਲੱਗ ਚੱਲਾ ਜੀ। ਸਟਾਰਟ ਵੀ ਹੋ ਗਈ ਆਪਣੇ ਵਾਲੀ, ਅਤੇ ਟਰੱਕ ਵੀ ਸਟਾਰਟ ਹੋ ਗਿਆ, ਮੈਂ ਵੀ ਜਾ ਕੇ ਬੈਠਾ। ਕੀ ਦੱਸ ਰਹੇ ਭਾਜੀ ਤੁਸੀਂ, ਇਹ ਕੀ ਫਰੂਟ ਨਾ ਕੀ ਇਹਦਾ? ਨਿਪਿਊਨ ਕਹਿੰਦੇ ਹਾਂ ਜੀ, ਨਿਪਿਊਨ ਤੇ ਗੋਡਿਆਂ ਵਾਸਤੇ ਬਹੁਤ ਵਧੀਆ, ਗੋਡਿਆਂ ਦੀ ਦਰਦਾਂ ਵਾਸਤੇ। ਇਹ ਹੁਣ ਪੱਕਾ ਹੈ, ਖਾ ਸਕਦੇ ਆਪਾਂ ਕਿ ਕੱਚਾ ਹੈ? ਮਤਲਬ ਪੱਕੇ ਹਨ ਪੂਰੇ, ਹਾਂ ਪੱਕੇ। ਚਲੋ ਭਾਜੀ ਖਾ ਕੇ ਵੇਖੋ, ਜੇ ਤੁਹਾਡੇ ਗੋਡੇ ਠੀਕ ਹੋ ਗਏ ਫਿਰ ਮੈਂ ਵੀ ਖਾ ਕੇ ਵੇਖਣਾ। ਮਰੀਨਾ ਕਿੰਨਾ ਸੋਹਣਾ ਵਾ, ਸਭ ਬੇੜੀਆਂ ਤੇ ਤੁਸੀਂ ਵੇਖੋ ਬੰਦਾ ਇੱਕ ਵੀ ਨਹੀਂ ਦਿਖਾਈ ਦਿੰਦਾ। ਆ ਰੈਸਟੋਰੈਂਟ ਹੈ ਵੀ ਬੰਦ ਪਿਆ ਹੈ, ਮੈਨੂੰ ਲੱਗਦਾ ਵੀਕਐਂਡ 'ਤੇ ਖੁੱਲ੍ਹਦਾ ਹੈ, ਕੋਈ ਨਹੀਂ ਹੈਗਾ ਇੱਥੇ, ਅਸੀਂ ਆਏ ਹਾਂ। ਆਹ ਭਾਜੀ ਕੀ ਹੈ, ਪੰਪ 'ਚ ਕਾਹਦੇ ਲੱਗੇ ਹੈ? ਪੈਟਰੋਲ ਪੰਪ ਜੀ, ਕਿਸ਼ਤੀਆਂ। ਅੱਛਾ, ਕਿਸ਼ਤੀਆਂ ਵਾਸਤੇ, ਇਹ ਚੋਂ ਚੰਗੀਆਂ ਲੰਮੀਆਂ ਪਾਈਪਾਂ ਵਾ, ਕਿਸ਼ਤੀ ਦੇ ਵਿੱਚ ਜੇ ਭਰਨਾ ਕਿਸੇ ਨੇ। ਇੱਥੇ ਨਾ ਛੋਟੇ ਛੋਟੇ ਟਾਪੂ, ਆਹ ਵੇਖੋ ਆਪਾਂ ਵੱਡੇ ਟਾਪੂ 'ਤੇ, ਇੱਕ ਛੋਟੇ ਜਾਣ ਲਈ ਫਿਰ ਇੱਕ ਛੋਟੀ ਜਿਹੀ ਬੇੜੀ ਆ, ਇੱਥੇ ਵੀ ਟਰੱਕ ਵੀ ਜਾ ਸਕਦਾ ਭਾਜੀ, ਅਤੇ ਕਾਰਾਂ ਜਾ ਸਕਦੀਆਂ ਵਾ 6-7, ਅਤੇ ਇਹਨਾਂ ਨੇ ਚੱਲ ਜਾਣਾ ਉਹ ਟਾਪੂ 'ਤੇ। ਅੱਗੇ ਘਰ ਵੀ ਹੈਗੇ ਉਸ ਟਾਪੂ ਦੇ ਉੱਤੇ, ਉਹ ਟਾਪੂ ਆ ਉੱਥੇ ਘਰ ਵੀ ਹੈਗੇ। ਆ ਨਵੀਂ ਚੀਜ਼ ਵੇਖ ਲਈ ਅਸੀਂ, ਅਤੇ ਇਹਦੇ ਵਿੱਚ ਆ ਵੇਖੋ ਰੱਸੀ ਆ, ਰੱਸੀ ਬੇੜੀ ਦੇ ਨਾਲ ਨਾਲ ਉਹ ਖੁੱਲ੍ਹੀ ਜਾਣ ਦੀ ਹੈ, ਇਹ ਰੱਸੀ ਦੇ ਨਾਲ ਹੀ ਖਿੱਚੀ ਜਾਂਦੀ ਲੱਗਦੀ। ਪਰ ਉਧਰ ਨੂੰ ਕਿੱਦਾਂ ਜਾਂਦੀ ਭਾਜੀ, ਉਧਰ ਤੇ ਰੱਸੀ ਹੈ ਨਹੀਂ, ਅੱਗੇ ਥੱਲੇ ਚੱਕੀ ਜਾ ਰਹੀ ਭਾਈ ਸਾਹਿਬ, ਵਿੱਚ ਜੀ ਰੱਸੀ ਡਿੱਗੀ ਹੈ ਵਿੱਚ। ਅੱਛਾ, ਉਹਦੇ ਵਿੱਚ ਇਲੈਕਟ੍ਰਿਕ ਇੰਜਣ ਰੱਖਿਆ, ਕੋਈ ਆਵਾਜ਼ ਨਹੀਂ ਆ ਰਹੀ ਇੰਜਣ ਦੀ, ਇਲੈਕਟ੍ਰਿਕ ਮੋਟਰ ਹੈ ਉਹ ਖਿੱਚ ਰਹੀ ਹੈ ਉਹਨੂੰ, ਉਹ ਹੀ ਉਹਨੂੰ ਖਿੱਚਦੀ ਉਧਰ ਤੇ ਉਧਰੋਂ ਉਧਰ ਲੈ ਜਾਂਦੀ ਹੈ। ਵਾਹ ਜੀ ਵਾਹ, ਇਹ ਵੀ ਨਵੀਂ ਚੀਜ਼ ਵੇਖੀ।
ਅਸੀਂ ਚੂਜ਼ ਕੀਤਾ ਵੀ ਸ਼ਹਿਰ ਨਾ ਵੇਖੀਏ ਅਤੇ ਕੁਦਰਤ ਦੇ ਨਜ਼ਾਰੇ ਵੇਖੇ ਜਾਣ। ਕੁਦਰਤ ਭਾਵੇਂ ਵੇਖਣ ਨੂੰ ਜਿਵੇਂ ਨਾ ਆਪਣੇ ਕਨੇਡਾ ਜਾਂ ਇਹ ਸਾਰੇ ਸੇਮ ਹੀ ਲੱਗਦੇ ਆ, ਉਹ ਬੇੜੀ ਚਲੀ ਗਈ ਲਾਗੇ ਪਹੁੰਚਣੀ ਵਾਲੀ ਹੈ। ਇੱਥੇ ਪੰਛੀਆਂ ਦੇ ਝੁੰਡ ਵੇਖੋ। ਅੱਛਾ, ਆ ਇੱਦਾਂ ਦੇ ਅਸੀਂ ਨਵੀਂ ਚੀਜ਼ ਵੇਖੀ ਇਹਨਾਂ ਦੀ ਗੱਡੀ ਦੇ ਵਿੱਚ ਲੱਗੀ, ਉਹ ਕਲੋਕ ਜਿਹਾ ਲੱਗਾ ਹੋਇਆ ਇਹਦੇ ਉੱਤੇ, ਟਾਈਮ ਲਿਖਿਆ ਵਾ ਜਿਵੇਂ 12 ਘੰਟੇ, ਅਤੇ ਉਹ ਜਿੱਥੇ ਗੱਡੀ ਪਾਰਕ ਕਰਦੇ ਸੂਈ ਉੱਥੇ ਕਰ ਜਾਂਦੇ ਆ ਵੀ ਇੰਨੇ ਵਜੇ। ਇਹ ਨਵੀਂ ਚੀਜ਼ ਹੈ, ਅਸੀਂ ਨਹੀਂ ਵੇਖੀ ਇੰਡੀਆ ਦੇ ਵਿੱਚ। ਸਕੈਨੀਆ ਦੇ ਟਰੱਕ ਇੱਥੋਂ ਦੇ ਹੁੰਦੇ ਆ, ਆਪਣੇ ਪੰਜਾਬ 'ਚ ਚੱਲਦੇ ਉੱਧਰ ਭਲਾ? ਵੋਲਵੋ ਤਾਂ ਹੈਗੇ, ਸਕਾਨੀਆ ਆਸਟ੍ਰੇਲੀਆ 'ਤੇ ਚੱਲਦਾ ਹੈ ਭਾਜੀ। ਇੱਕ ਤਾਂ ਸਕਾਨੀਆ ਹੋ ਗਿਆ, ਇੱਕ ਆਈਕੀਆ ਹੋ ਗਿਆ, ਇੱਕ ਵੋਲਵੋ ਹੋ ਗਿਆ, ਤੁਹਾਡਾ ਬ੍ਰਾਂਡ ਹੋਰ ਕੀ ਹੈ ਤੁਹਾਡੇ ਇੱਥੇ ਵੱਡੀਆਂ ਚੀਜ਼ਾਂ? ਸਪੋਟੀਫਾਈ, ਹੋਰ ਐਰਿਕਸਨ ਇੱਥੋਂ ਦੀ ਹੀ। ਹਾਂਜੀ, ਤੇ ਨਿਕਾ ਜਿਹਾ ਦੇਸ਼ ਹੈ, ਕਈ ਕੁਛ ਬਣਾ ਕੇ ਬੈਠੇ। ਹਾਂ ਸੱਚ, ਨੋਬਲ ਪਲੇਸ ਵੀ ਇੱਥੇ ਕਰਦੇ ਆ। ਆਹ ਪੁਲ ਬੜਾ ਸੋਹਣਾ ਆ ਗਿਆ। ਤੇ ਫਿਰ ਇੱਕ ਅੱਧਾ ਤਾਂ ਪੰਜਾਬੀ ਨੂੰ ਦਵਾ ਛੱਡੋ, ਤੁਸੀਂ ਇੰਨੇ ਜਣੇ ਬੈਠੇ ਇੱਥੇ ਕੀ ਕਰਦੇ ਰਹਿੰਦੇ ਜੇ? ਹੈਂ, ਆਪ ਹੀ ਲੈ ਲਓ, ਚੱਲ ਨਾ ਦਿਓ ਸਾਨੂੰ ਪੰਜਾਬ ਵਾਲਿਆਂ ਨੂੰ। ਆਹ ਲਓ ਜੀ, ਟ੍ਰੇਨ ਵੀ ਲੰਘ ਗਈ, ਇਹਦੇ ਵੀ ਦਰਸ਼ਨ ਆਪਾਂ ਕਰਨੇ ਸੀ, ਉਹੀ ਗਏ ਆ। ਆਹ ਸੀਨ ਵੇਖ ਕੇ ਐਂ ਲੱਗਦਾ ਜਿਵੇਂ ਸਿੰਗਾਪੁਰ 'ਚ ਆ ਗਏ, ਅਪਾਰਟਮੈਂਟ ਬਣੇ ਹੋਏ ਆ। ਸ਼ਾਮ ਦਾ ਸਮਾਂ ਹੋ ਗਿਆ, ਅਸੀਂ ਕਥਾ 'ਤੇ ਜਾਣਾ ਹੈ, ਪਰ ਉਸ ਤੋਂ ਪਹਿਲਾਂ ਕਹਿੰਦੇ ਵੀ ਇੱਕ ਪਹਾੜ ਜ਼ਰੂਰ ਥੋੜ੍ਹਾ ਜਿਹਾ ਦੇਖ ਕੇ ਆਉਣਾ, ਕੁਦਰਤ ਦਾ ਇੱਕ ਨਜ਼ਾਰਾ। ਹੁਣ ਆਏ ਥੋੜ੍ਹੇ ਸਮੇਂ ਲਈ ਇਹਨਾਂ ਦੇ ਅਮਰਜੀਤ ਸਿੰਘ ਹੁਣਾਂ ਨੂੰ, ਅਸੀਂ ਕੈਮਰਾ ਸ਼ਾਹੀ ਜਿਹੜੇ ਹੈਗੇ, ਵੇਖੋ ਕੈਮਰੇ ਵਾਲੇ ਵਹਿੰਦੇ ਵੀ ਨਹੀਂ ਆਏ। ਕੁਦਰਤ ਹੀ ਕੁਦਰਤ ਹੈ ਹਰ ਪਾਸੇ। ਉਹ ਥੱਲੇ ਹੈ ਝੀਲ, ਇੱਥੋਂ ਇਹਨਾਂ ਨੇ ਬਣਾਈਆਂ ਉਹ ਟਰਾਲੀਆਂ ਜੀਆਂ ਉੱਪਰ ਜਾਣ ਵਾਲਾ ਰਾਹ, ਆਹ ਸਾਰੀਆਂ ਉੱਪਰ ਜਾਂਦੀਆਂ ਇੱਥੋਂ। ਫਿਰ ਸਿਆਲ ਦੇ ਵਿੱਚ ਸਕੀ ਕਰਦੇ ਲੋਕੀ, ਆ ਟਰਾਲੀਆਂ 'ਤੇ ਚੜ੍ਹ ਕੇ ਉੱਤੇ ਚੱਲ ਜਾਂਦੇ ਆ, ਉੱਤੋਂ ਫਿਰ ਉਹ ਬਰਫ਼ ਦੇ ਉੱਤੇ ਖਿਸਕਦੇ ਖਿਸਕਦੇ ਆਉਂਦੇ ਥੱਲੇ। ਹਾਂਜੀ, ਵਿੱਚ ਰਾਹ ਬਣਾਇਆ ਸਾਰਾ ਕੁਛ, ਇਹ ਰਾਹ ਉਹਦੇ ਵਾਸਤੇ ਹੈ ਜੀ, ਇਹ ਕਾਰਟ ਹੋਣਗੇ ਜਿਹੜੇ ਛੋਟੇ ਨਹੀਂ ਭਜਾਉਂਦੇ ਮੋਟਰਸਾਈਕਲ। ਅੱਛਾ ਅੱਛਾ, ਪਰ ਇਹ ਰਾਹ ਉੱਥੇ ਉੱਤੇ ਉੱਤੇ ਜਾਂਦਾ। ਹਾਂ, ਤਾਂ ਹੀ ਮੋੜਾਂ ਦੇ ਉੱਤੇ ਟਾਇਰ ਟੂਰ ਰੱਖੇ ਅਤੇ ਭਜਾਉਂਦੇ ਆ, ਰੇਸਾਂ ਜੀਆਂ ਲਾਉਂਦੇ ਹੁਣ। ਹਾਂਜੀ, ਉਹ ਦੂਰ ਦੂਜੇ ਪਾਸੇ ਹੈਗਾ ਸ਼ਹਿਰ, ਤੇ ਸ਼ਹਿਰ ਦੇ ਵਿੱਚ ਵਿੱਚ ਇਹ ਝੀਲ ਆ। ਨਾ ਕੀ ਭਾਜੀ ਝੀਲ ਦਾ ਪਤਾ ਕੁਛ ਕਿ ਨਹੀਂ? ਫੀਤੀਆ ਲੇਕ ਕਹਿ ਰਹੇ ਜੀ ਵੈਸੇ। ਕਿਹੜਾ? ਫੀਤੀਆ ਲੇਕ। ਫੀਤੀਆ, ਚਲੋ ਜੀ ਲੇਕ ਵੀ ਦੇਖ ਲਈ, ਹੁਣ ਚੱਲੀਏ ਹੁਣ ਅੱਗੇ।